ਡਰਾਈ ਡੇ ਵਾਲੇ ਦਿਨ ਵੀ ਦੱਬ ਕੇ ਵਿਕੀ ਸ਼ਰਾਬ। ਠੇਕੇਦਾਰਾਂ ਨੇ ਨਹੀਂ ਕੀਤੀ ਕੋਈ ਵੀ ਪਰਵਾਹ। ਪ੍ਰਸ਼ਾਸਨ ਦੇ ਵੱਲੋਂ ਡਰਾਈ ਡੇ ਕੀਤਾ ਗਿਆ ਸੀ ਘੋਸ਼ਿਤ, ਪਰ ਠੇਕੇਦਾਰਾਂ ਨੇ ਚੋਰ ਮੋਰੀ ਦੇ ਵਿੱਚੋਂ ਲਗਾਤਾਰ ਵੇਚੀ ਸ਼ਰਾਬ। ਦੱਸ ਦਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਡਰਾਈ ਡੇ ਘੋਸ਼ਿਤ ਕੀਤਾ ਗਿਆ ਸੀ, ਪਰ ਉੱਥੇ ਹੀ ਠੇਕੇਦਾਰਾਂ ਦੇ ਵੱਲੋਂ ਇਸ ਡਰਾਈ ਡੇ ਦੀਆਂ ਦੱਬ ਕੇ ਧੱਜੀਆਂ ਉਡਾਈਆਂ ਗਈਆਂ ਨੇ। ਦੱਸ ਦਈਏ ਕਿ ਠੇਕੇ ਦੀ ਚੋਰ ਮੋਰੀ ਦੇ ਵਿੱਚੋਂ ਸ਼ਰੇਆਮ ਸ਼ਰਾਬ ਵੇਚੀ ਗਈ ਹੈ, ਅਤੇ ਹੁਣ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਠੇਕੇ ਦਾ ਸ਼ਟਰ ਹੈ ਉਸਦੇ ਵਿੱਚ ਪਾੜ ਲਾਇਆ ਹੋਇਆ, ਮੋਰੀ ਕੱਢੀ ਹੋਈ ਹੈ, ਅਤੇ ਉਸਦੇ ਵਿੱਚੋਂ ਕੁਝ ਲੋਕ ਸ਼ਰਾਬ ਖਰੀਦਦੇ ਹੋਏ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਸ਼ਰਾਬ ਅੰਦਰੋਂ ਦੀ ਬੋਤਲ ਪਕੜਾਈ ਜਾ ਰਹੀ ਹੈ ਅਤੇ ਬਾਹਰ ਤੋਂ ਇਸਦੇ ਪੈਸੇ ਦਿੱਤੇ ਜਾ ਰਹੇ ਨੇ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੇ ਵਿੱਚ ਡਰਾਈ ਡੇ ਘੋਸ਼ਿਤ ਕੀਤਾ ਗਿਆ ਸੀ, ਕਿਉਂਕਿ ਜਿਸ ਦਿਨ ਵੋਟਿੰਗ ਹੋਈ ਸੀ ਅਤੇ ਵੋਟਿੰਗ ਦਾ ਜਿਸ ਦਿਨ ਰਿਜ਼ਲਟ ਆਉਣਾ ਸੀ ਉਸ ਦਿਨ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਸੀ, ਪਰ ਉੱਥੇ ਹੀ ਹੁਣ ਇਹ ਵੀਡੀਓ ਵਾਇਰਲ ਹੋ ਰਹੀ ਹੈ। ਤਾਂ ਦੱਸ ਦਈਏ ਕਿ ਵਾਇਰਲ ਵੀਡੀਓ ਪਟਿਆਲਾ ਦੇ ਸ਼ੇਰਾਂ ਵਾਲੇ ਗੇਟ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਠੇਕੇ ਦੇ ਉੱਤੇ ਚੋਰ ਮੋਰੀ ਦੇ ਵਿੱਚੋਂ ਸ਼ਰੇਆਮ ਸ਼ਰਾਬ ਵੇਚੀ ਗਈ। ਸ਼ਾਇਦ ਠੇਕੇਦਾਰਾਂ ਨੂੰ ਹੁਣ ਪ੍ਰਸ਼ਾਸਨ ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦਾ ਵੀ ਕੋਈ ਡਰ ਭੈ ਨਜ਼ਰ ਨਹੀਂ ਆ ਰਿਹਾ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਖੁੱਲ੍ਹੇਆਮ ਇਹ ਸ਼ਰਾਬ ਚਿੱਟੇ ਦਿਨੀ ਹੀ ਵੇਚੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਹੁਣ ਇਹ ਵੀਡੀਓ ਵਾਇਰਲ ਹੋ ਰਹੀ ਹੈ, ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਇਸ ਠੇਕੇ ਵਾਲੇ ਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ। ਡਰਾਈ ਡੇ ਵਾਲੇ ਦਿਨ ਵੀ ਦੱਬ ਕੇ ਵਿਕੀ ਸ਼ਰਾਬ। ਠੇਕੇਦਾਰਾਂ ਨੇ ਨਹੀਂ ਕੀਤੀ ਕੋਈ ਵੀ ਪਰਵਾਹ। ਪ੍ਰਸ਼ਾਸਨ ਦੇ ਵੱਲੋਂ ਡਰਾਈ ਡੇ ਕੀਤਾ ਗਿਆ ਸੀ ਘੋਸ਼ਿਤ, ਪਰ ਠੇਕੇਦਾਰਾਂ ਨੇ ਚੋਰ ਮੋਰੀ ਦੇ ਵਿੱਚੋਂ ਲਗਾਤਾਰ ਵੇਚੀ ਸ਼ਰਾਬ। ਦੱਸ ਦਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਡਰਾਈ ਡੇ ਘੋਸ਼ਿਤ ਕੀਤਾ ਗਿਆ ਸੀ, ਪਰ ਉੱਥੇ ਹੀ ਠੇਕੇਦਾਰਾਂ ਦੇ ਵੱਲੋਂ ਇਸ ਡਰਾਈ ਡੇ ਦੀਆਂ ਦੱਬ ਕੇ ਧੱਜੀਆਂ ਉਡਾਈਆਂ ਗਈਆਂ ਨੇ। ਦੱਸ ਦਈਏ ਕਿ ਠੇਕੇ ਦੀ ਚੋਰ ਮੋਰੀ ਦੇ ਵਿੱਚੋਂ ਸ਼ਰੇਆਮ ਸ਼ਰਾਬ ਵੇਚੀ ਗਈ ਹੈ, ਅਤੇ ਹੁਣ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਠੇਕੇ ਦਾ ਸ਼ਟਰ ਹੈ ਉਸਦੇ ਵਿੱਚ ਪਾੜ ਲਾਇਆ ਹੋਇਆ, ਮੋਰੀ ਕੱਢੀ ਹੋਈ ਹੈ, ਅਤੇ ਉਸਦੇ ਵਿੱਚੋਂ ਕੁਝ ਲੋਕ ਸ਼ਰਾਬ ਖਰੀਦਦੇ ਹੋਏ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਸ਼ਰਾਬ ਅੰਦਰੋਂ ਦੀ ਬੋਤਲ ਪਕੜਾਈ ਜਾ ਰਹੀ ਹੈ ਅਤੇ ਬਾਹਰ ਤੋਂ ਇਸਦੇ ਪੈਸੇ ਦਿੱਤੇ ਜਾ ਰਹੇ ਨੇ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੇ ਵਿੱਚ ਡਰਾਈ ਡੇ ਘੋਸ਼ਿਤ ਕੀਤਾ ਗਿਆ ਸੀ, ਕਿਉਂਕਿ ਜਿਸ ਦਿਨ ਵੋਟਿੰਗ ਹੋਈ ਸੀ ਅਤੇ ਵੋਟਿੰਗ ਦਾ ਜਿਸ ਦਿਨ ਰਿਜ਼ਲਟ ਆਉਣਾ ਸੀ ਉਸ ਦਿਨ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਸੀ, ਪਰ ਉੱਥੇ ਹੀ ਹੁਣ ਇਹ ਵੀਡੀਓ ਵਾਇਰਲ ਹੋ ਰਹੀ ਹੈ। ਤਾਂ ਦੱਸ ਦਈਏ ਕਿ ਵਾਇਰਲ ਵੀਡੀਓ ਪਟਿਆਲਾ ਦੇ ਸ਼ੇਰਾਂ ਵਾਲੇ ਗੇਟ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਠੇਕੇ ਦੇ ਉੱਤੇ ਚੋਰ ਮੋਰੀ ਦੇ ਵਿੱਚੋਂ ਸ਼ਰੇਆਮ ਸ਼ਰਾਬ ਵੇਚੀ ਗਈ। ਸ਼ਾਇਦ ਠੇਕੇਦਾਰਾਂ ਨੂੰ ਹੁਣ ਪ੍ਰਸ਼ਾਸਨ ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦਾ ਵੀ ਕੋਈ ਡਰ ਭੈ ਨਜ਼ਰ ਨਹੀਂ ਆ ਰਿਹਾ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਖੁੱਲ੍ਹੇਆਮ ਇਹ ਸ਼ਰਾਬ ਚਿੱਟੇ ਦਿਨੀ ਹੀ ਵੇਚੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਹੁਣ ਇਹ ਵੀਡੀਓ ਵਾਇਰਲ ਹੋ ਰਹੀ ਹੈ, ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਇਸ ਠੇਕੇ ਵਾਲੇ ਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ।